ਅਟਾਰੀ ਬਾਰਡਰ ਤੇ ਵਿਜ਼ਿਟ ਕੀਤਾ ਜੀ? ਅਸੀਂ ਅੱਜ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਜਿਹੜਾ ਸਮਾਰਕ ਬਣਾਇਆ ਜਿਹਦੇ 'ਤੇ 10 ਲੱਖ ਲੋਕ ਮਾਰੇ ਗਏ ਸੀ ਉਹਨਾਂ ਦੀ ਯਾਦਗਾਰ ਬਣਾਈ ਆ ਵੰਡ ਦੇ ਵਿੱਚ। ਪਹਿਲਾ ਜਿਹੜਾ ਸਮਾਰਕ ਸੀ ਉਹ ਸੁੰਦਰੀਕਰਨ ਕਰਨ ਦੇ ਵਿੱਚ ਨੈਸ਼ਨਲ ਹਾਈਵੇ ਨੇ ਉਹਨੂੰ ਤੋੜਤਾ ਸੀ, ਉਹਦੀ ਥਾਂ 'ਤੇ ਉਹਨਾਂ ਨੇ ਨਵਾਂ ਬਣਾ ਕੇ ਦਿੱਤਾ। ਇਹਦੀ ਪੂਰੀ ਤਿਆਰੀ ਹੋ ਗਈ ਹੈ। ਅਸੀਂ ਇਸ ਸਾਲ ਜਿਹੜਾ 14 ਅਗਸਤ ਨੂੰ ਅਸੀਂ ਰਾਤ ਨੂੰ ਕੈਂਡਲ ਲਾਈਟ ਕਰਦੇ ਹਾਂ, ਉਹ ਇਸ ਵਾਰੀ ਵੀ ਅਸੀਂ ਪੂਰੀ ਤਿਆਰੀ ਦੇਖਣ ਲਈ ਆਏ ਸਾਂ ਕਿ 14 ਤਰੀਕ ਤੱਕ ਪੂਰਾ ਤਿਆਰ ਹੋ ਜਾਊਗਾ। ਇਹਨਾਂ ਨੇ ਪੂਰਾ ਤਿਆਰ ਕਰਤਾ। ਥੋੜ੍ਹਾ ਕੁ ਪੱਥਰ ਰਹਿੰਦਾ, ਜਿਹੜਾ 5 ਪਿੱਲਰਾਂ ਦੇ 5 ਜਿਹੜੇ ਦਰਿਆਵਾਂ ਦੇ ਪਿੱਲਰ ਬਣਾਏ ਨੇ ਉਹਨਾਂ 'ਤੇ ਪੱਥਰ ਰਹਿੰਦਾ, ਬਾਕੀ ਇਹਨਾਂ ਪੂਰਾ ਤਿਆਰ ਕਰਤਾ। ਅਸੀਂ ਹੁਣ ਜਿਹੜਾ 14 ਅਗਸਤ ਦੀ ਰਾਤ ਜਿਹੜਾ ਇੱਥੇ ਕੈਂਡਲ ਲਾਈਟ ਜਗਾਉਣਾ ਵਾਂਗੇ। ਇਨੋਗਰੇਸ਼ਨ ਦੀ ਗੱਲ ਕਰੀਏ, ਕਿੰਨੇ ਕੁ ਸਮੇਂ ਦੇ ਵਿੱਚ ਇਹਦੀ ਇਨੋਗਰੇਸ਼ਨ ਹੋ ਜਾਏਗੀ ਅਤੇ ਕੌਣ ਆ ਕੇ ਕਰ ਸਕਦਾ? ਦੇਖੋ, ਇਨੋਗਰੇਸ਼ਨ ਤਾਂ ਪਹਿਲਾਂ ਹੋ ਚੁੱਕੀ ਆ, ਇਹ ਤੋਂ ਦੁਬਾਰਾ ਜਿਹੜਾ ਉਹਨੂੰ ਰਿਪੇਅਰ ਕਰ ਸਕਦੇ ਹਾਂ, ਇਹਨੂੰ ਕਹਿ ਸਕਦੇ ਹਾਂ, ਉਹ ਹੀ ਜਿਹੜਾ ਕਰ ਰਹੇ ਨੇ ਤਾਂ ਮੇਰਾ ਖਿਆਲ ਪੂਰਾ ਤਿਆਰ ਕਰਤਾ ਇਹਨਾਂ ਨੇ, ਜਿਹੜਾ ਉਹਨਾਂ ਖਰਾਬ ਕੀਤਾ ਉਹਦੀ ਥਾਂ 'ਤੇ ਇਹਨਾਂ ਨੂੰ ਪੂਰਾ ਤਿਆਰ ਕਰਤਾ। ਅਗਲੇ ਮਹੀਨੇ ਪਹਿਲੇ ਹਫ਼ਤੇ ਜੀ ਉਹ ਲੱਗ ਨੂੰ ਥੋੜ੍ਹਾ ਘਟਾਉਣਾ। ਅਸੀਂ ਅੱਜ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਜਿਹੜਾ ਸਮਾਰਕ ਬਣਾਇਆ ਜਿਹਦੇ 'ਤੇ 10 ਲੱਖ ਲੋਕ ਮਾਰੇ ਗਏ ਸੀ ਉਹਨਾਂ ਦੀ ਯਾਦਗਾਰ ਬਣਾਈ ਆ ਵੰਡ ਦੇ ਵਿੱਚ। ਪਹਿਲਾ ਜਿਹੜਾ ਸਮਾਰਕ ਸੀ ਉਹ ਸੁੰਦਰੀਕਰਨ ਕਰਨ ਦੇ ਵਿੱਚ ਨੈਸ਼ਨਲ ਹਾਈਵੇ ਨੇ ਉਹਨੂੰ ਤੋੜਤਾ ਸੀ, ਉਹਦੀ ਥਾਂ 'ਤੇ ਉਹਨਾਂ ਨੇ ਨਵਾਂ ਬਣਾ ਕੇ ਦਿੱਤਾ। ਇਹਦੀ ਪੂਰੀ ਤਿਆਰੀ ਹੋ ਗਈ ਹੈ। ਅਸੀਂ ਇਸ ਸਾਲ ਜਿਹੜਾ 14 ਅਗਸਤ ਨੂੰ ਅਸੀਂ ਰਾਤ ਨੂੰ ਕੈਂਡਲ ਲਾਈਟ ਕਰਦੇ ਹਾਂ, ਉਹ ਇਸ ਵਾਰੀ ਵੀ ਅਸੀਂ ਪੂਰੀ ਤਿਆਰੀ ਦੇਖਣ ਲਈ ਆਏ ਸਾਂ ਕਿ 14 ਤਰੀਕ ਤੱਕ ਪੂਰਾ ਤਿਆਰ ਹੋ ਜਾਊਗਾ। ਇਹਨਾਂ ਨੇ ਪੂਰਾ ਤਿਆਰ ਕਰਤਾ। ਥੋੜ੍ਹਾ ਕੁ ਪੱਥਰ ਰਹਿੰਦਾ, ਜਿਹੜਾ 5 ਪਿੱਲਰਾਂ ਦੇ 5 ਜਿਹੜੇ ਦਰਿਆਵਾਂ ਦੇ ਪਿੱਲਰ ਬਣਾਏ ਨੇ ਉਹਨਾਂ 'ਤੇ ਪੱਥਰ ਰਹਿੰਦਾ, ਬਾਕੀ ਇਹਨਾਂ ਪੂਰਾ ਤਿਆਰ ਕਰਤਾ। ਅਸੀਂ ਹੁਣ ਜਿਹੜਾ 14 ਅਗਸਤ ਦੀ ਰਾਤ ਜਿਹੜਾ ਇੱਥੇ ਕੈਂਡਲ ਲਾਈਟ ਜਗਾਉਣਾ ਵਾਂਗੇ। ਇਨੋਗਰੇਸ਼ਨ ਦੀ ਗੱਲ ਕਰੀਏ, ਕਿੰਨੇ ਕੁ ਸਮੇਂ ਦੇ ਵਿੱਚ ਇਹਦੀ ਇਨੋਗਰੇਸ਼ਨ ਹੋ ਜਾਏਗੀ ਅਤੇ ਕੌਣ ਆ ਕੇ ਕਰ ਸਕਦਾ? ਦੇਖੋ, ਇਨੋਗਰੇਸ਼ਨ ਤਾਂ ਪਹਿਲਾਂ ਹੋ ਚੁੱਕੀ ਆ, ਇਹ ਤੋਂ ਦੁਬਾਰਾ ਜਿਹੜਾ ਉਹਨੂੰ ਰਿਪੇਅਰ ਕਰ ਸਕਦੇ ਹਾਂ, ਇਹਨੂੰ ਕਹਿ ਸਕਦੇ ਹਾਂ, ਉਹ ਹੀ ਜਿਹੜਾ ਕਰ ਰਹੇ ਨੇ ਤਾਂ ਮੇਰਾ ਖਿਆਲ ਪੂਰਾ ਤਿਆਰ ਕਰਤਾ ਇਹਨਾਂ ਨੇ, ਜਿਹੜਾ ਉਹਨਾਂ ਖਰਾਬ ਕੀਤਾ ਉਹਦੀ ਥਾਂ 'ਤੇ ਇਹਨਾਂ ਨੂੰ ਪੂਰਾ ਤਿਆਰ ਕਰਤਾ। ਅਗਲੇ ਮਹੀਨੇ ਪਹਿਲੇ ਹਫ਼ਤੇ ਜੀ ਉਹ ਲੱਗ ਨੂੰ ਥੋੜ੍ਹਾ ਘਟਾਉਣਾ।